ਅਸਲਾਮੁਅਲੈਕਮ ਜੀ ਜੀ तमाम ਦੋਸਤਾਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਸਭ ਠੀਕ ਠਾਕ ਹੋਣਗੇ ਜੀ ਜੀ ਅੱਜ ਮੈਂ ਦੋਸਤਾਂ ਦੇ ਨਾਲ ਜਨਰਲ ਦੇ ਟਾਇਰ ਔਰ ਪੈਂਥਰ ਦੇ ਟਾਇਰ ਜਿਹੜੇ ਹੈ ਉਹਦੇ ਬਾਰੇ 'ਚ ਦੋਸਤਾਂ ਨੂੰ ਕੋਈ ਮਾਲੂਮਾਤ ਦੇ ਰਿਹਾ ਵਾਂ ਔਰ ਕੰਪਨੀਆਂ ਜਿਹੜੀਆਂ ਉਹ ਸਾਡੇ ਨਾਲ ਕੀ ਕਰ ਰਹੀਆਂ ਵਾਂ ਟਾਇਰਾਂ ਵਾਲੀਆਂ ਕੰਪਨੀਆਂ ਵੀ ਜਿਹੜੀਆਂ ਉਹ ਵੀ ਸਾਡੇ ਨਾਲ ਕੀ ਕਰ ਰਹੀਆਂ ਵਾਂ ਟਾਇਰਾਂ ਦੇ ਰੇਟ ਦੇਖ ਲਓ ਕਿੱਥੇ ਚਲੇ ਗਏ ਆ ਠੀਕ ਹੈ ਜੀ ਇਹਦੇ ਟਾਇਰਾਂ ਦੇ ਬਾਰੇ 'ਚ ਅੱਜ ਮੈਂ ਦੋਸਤਾਂ ਦਾ ਮਾਲੂਮਾਤ ਸ਼ੇਅਰ ਕਰਾਂਗਾ ਠੀਕ ਹੈ ਜੀ ਸਭ ਤੋਂ ਪਹਿਲੇ ਮੈਂ ਆ ਜਾਂਦਾ ਹਾਂ ਜਨਾਬ ਇਧਰ ਦੀ ਸਾਈਡ ਦੇ ਉੱ ਇਹ ਹੈ ਜੀ ਜਰਨਲ ਦੇ ਟਾਇਰ। ਉਹ ਜਰਨਲ ਦੇ ਟਾਇਰ ਦੀ ਜਿਹੜੀ ਪਲਾਈ ਹੁੰਦੀ ਆ ਉਹ ਹੁੰਦੇ ਆ 8 ਪਲਾਈ ਦੇ। 8 ਪਲਾਈ ਦੇ ਟਾਇਰ ਹੁੰਦੇ ਆ ਜਰਨਲ ਦੇ ਜੀ। ਉਹਦੇ ਜਿਸ ਤਰ੍ਹਾਂ ਦੋਸਤਾਂ ਨੂੰ ਪਤਾ ਵਾ ਕਿ ਦਬੰਗ ਟੈਕਟਰ ਇਹ 2019 ਮਾਡਲ ਹੈ ਜੀ। ਇਹਦੀਆਂ ਜਿਹੜਾ ਗੁੱਲੀਆਂ ਪਹਿਲੇ ਇਹ ਗੁੱਡੀਆਂ ਗਿਣੀਆਂ ਸ਼ੁਰੂ ਕਰੋ ਜੀ ਇਹ ਮੈਂ ਨਿਸ਼ਾਨ ਲਾ ਲਿਆ ਵਾ ਜੀ। ਜੇ ਉੱਚੀ ਆਵਾਜ਼ ਕਿਣੀ ਸ਼ੁਰੂ ਕਰਨੀ ਆ। 1 2 3 4 5 6 7 8 9 10 11 12 13 14 15 16 17 18 19 20 ਲੋ ਜੀ ਇਹਦੀ ਹੈ ਜੀ 21 ਗੁੱਡੀਆਂ 21 ਗੁੱਡੀਆਂ ਹੈ ਜਨਰਲ ਦੇ ਟਾਇਰਾਂ ਦੀਆਂ ਔਰ ਜਨਰਲ ਦੇ ਟਾਇਰਾਂ ਦੀ ਜਿਹੜੀ ਕੁਆਲਿਟੀ ਹੈ ਉਹ ਵੀ ਮੈਂ ਨਾਲ-ਨਾਲ ਦੀ ਦੋਸਤਾਂ ਨੂੰ ਚੈੱਕ ਕਰਵਾਉਂਦਾ ਜਾਂਦਾ ਵਾਂ ਠੀਕ ਹੈ ਜੀ ਜਨਰਲ ਦੇ ਟਾਇਰਾਂ ਦੀ ਇਹ ਦੇਖ ਸਕਦੇ ਹਾਂ ਜੀ ਇਹ ਗੁੱਡੀਆਂ ਦੇਖ ਲਓ ਜੀ ਐਸੇ ਗੰਦੇ ਟਰੈਕਟਰ ਨੂੰ ਇਹ ਟਾਇਰ ਆਂਦੇ ਪਏ ਨੇ ਜਨਰਲ ਦੇ ਇਹਨੂੰ ਜਿਹੜਾ ਟਾਇਰ ਨੂੰ ਘਮਾ ਜ਼ਰਾ ਇਹ ਹਾਂ ਘਮਾਓ ਜ਼ਰਾ ਇਹ ਦੇਖ ਸਕਦੇ ਹਾਂ ਜੀ ਸਾਰੀਆਂ ਜਨਰਲ ਦੇ ਟਾਇਰਾਂ ਦੀਆਂ ਗੁੱਡੀਆਂ ਜਿਹੜੀਆਂ ਇਹ ਦੇਖ ਸਕਦੇ ਆਂ ਦੋਸਤ तमाम ਜਿੰਨੇ ਵੀ ਹੈ ਇਹ ਦੇਖ ਸਕਦੇ ਆਂ ਜੀ ਠੀਕ ਆ ਜੀ ਇਹ ਸਾਰੀਆਂ ਇਸੇ ਤਰ੍ਹਾਂ ਹੀ ਖਰਾਬ ਆ ਜਨਰਲ ਦੇ ਟਾਇਰ ਦੀ ਠੀਕ ਆ ਜੀ ਇਸੇ ਤਰ੍ਹਾਂ ਮੈਂ ਜਨਰਲ ਦੇ ਟਾਇਰ ਜਿਹੜੇ ਇਧਰਲੀ ਸਾਈਡ ਤੇ ਆ ਗਿਆ ਜੀ ਐਮ ਐਫ 350 ਨੂੰ ਆ ਜੀ ਇਹ ਵੀ ਟੈਸਟ 19 ਮਾਡਲ ਦੇ ਠੀਕ ਆ ਜੀ ਇਹਦੀਆਂ ਵੀ ਗੁੱਡੀਆਂ ਕੰਨਾ ਨਜ਼ਰ ਆ ਇੱਕ ਵਾਰੀ ਇਹ ਵਾਲਾ ਨਿਸ਼ਾਨ ਲੱਗਾ ਜੀ ਇੱਕ ਕਿ 2 3 4 5 6 7 8 9 10 11 12 13 14 15 16 17 18 19 20 21 ਲੋ ਜੀ ਇਹਦੀਆਂ ਵੀ 21 ਆ ਜੀ ਇਹਦੀਆਂ ਵੀ ਗੱਡੀਆਂ 21 ਆ ਔਰ ਇਹਨਾਂ ਦੀ ਵੀ ਮੈਂ ਦੋਸਤਾਂ ਨੂੰ ਸੂਤ ਤੇ ਹਾਲ ਦਿਖਾ ਦਿੰਦਾ ਵਾਂ ਟਾਇਰਾਂ ਦੀ ਠੀਕ ਆ ਜੀ ਕਿ ਟਾਇਰ ਜਿਹੜੇ ਇਹਦੇ ਹੈ ਉਹਨਾਂ ਦਾ ਕੀ ਸੂਤ ਤੇ ਹਾਲ ਹੈ ਜਨਰਲ ਕੰਪਨੀ ਦੇ ਟਾਇਰ ਠੀਕ ਆ ਜੀ ਜਨਰਲ ਕੰਪਨੀ ਵੀ ਬੜੇ ਦਾਅਵੇ ਕਰਦੀਆਂ ਇਹ ਕਿ ਜੀ ਜਨਰਲ ਕੰਪਨੀ ਦੇ ਟਾਇਰ ਬੜੇ ਅੱਛੇ ਆ ਔਰ ਸਾਡੇ ਵੀ ਭੇਟਚਾਲ ਬਣੀਆਂ ਜ਼ਿਮੀਂਦਾਰਾਂ ਦੇ ਵਿੱਚ ਕਿ ਜੀ ਜਨਰਲ ਦੇ ਟਾਇਰਾਂ ਦਾ ਟੈਸਟ ਮਹਿੰਗਾ ਲੈਣਾ ਨਾ 30000 ਰੁਪਇਆ ਲੇਕਿਨ ਲੈਣਾ ਜਨਰਲ ਦੇ ਟਾਇਰਾਂ ਦੇ ਵਿੱਚ ਇਹ ਦੇਖ ਸਕਦੇ ਹਾਂ ਜੀ ਇਹ ਦੇਖੋ ਜੀ ਇਹ ਸੂਤ ਤੇ ਹਾਲ ਹੈ ਜੀ ਜਨਰਲ ਦੇ ਟਾਇਰ ਥੋੜੀ ਦੇ ਚੱਲਣ ਤੋਂ ਬਾਅਦ ਦੇ ਵਿੱਚ ਇਹ ਦੇਖੋ ਜਿਸ ਤਰ੍ਹਾਂ ਕਿ ਕੱਲ ਵੀ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਇਹ ਜਨਰਲ ਦੇ ਟਾਇਰਾਂ ਦੀ ਸੂਤ ਤੇ ਹਾਲ ਹੈ ਜੀ ਔਰ ਇਸੇ ਤਰ੍ਹਾਂ ਮੈਂ ਉਹ ਪੈਂਥਰ ਦੇ ਟਾਇਰਾਂ ਦੇ ਬਾਰੇ ਦੇ ਵਿੱਚ ਵੀ ਦੋਸਤਾਂ ਨੂੰ ਕੋ ਮਾਲੂਮਾਤ ਦਿੰਦਾ ਵਾਂ ਜਨਰਲ ਦੇ ਟਾਇਰਾਂ ਤੋਂ ਹਟ ਕੇ ਪੈਂਥਰ ਦੇ ਟਾਇਰਾਂ ਜੀ ਪੈਂਥ ਦੇ ਟਾਇਰਾਂ ਦੀਆਂ ਜਿਹੜੀਆਂ ਗੁੱਡੀਆਂ ਹੈ ਜੀ ਉਹ ਹੈ ਜੀ 20 ਇਹਦੀਆਂ ਗੁੱਡੀਆਂ ਜਿਹੜੀਆਂ ਵਾਂ ਉਹ 20 ਆ ਔਰ ਜਿਹੜੇ ਜਨਰਲ ਦੇ ਉਹਨਾਂ ਦੀਆਂ 21 ਆ ਇਹਦੀ ਜਿਹੜੇ ਦੋਸਤ ਕਮਾਦ ਦਾ ਕੰਮ ਕਰਦੇ ਆ ਠੀਕ ਆ ਜੀ ਗੰਨੇ ਦਾ ਕੰਮ ਕਰਦੇ ਟਰਾਲੇ ਦੇ ਉੱਪਰ ਜੋ ਵਾਈ ਦੇ ਵਿੱਚ ਇਸਤੇਮਾਲ ਕਰਦੇ ਆ ਟੈਕਟ ਨੂੰ ਇਹਨਾਂ ਦੀ ਗੁੱਡੀ ਇੱਕ ਘੱਟ ਹੋਣ ਦੀ ਵੇਹ ਤੋ ਇਹ ਵਾਲਾ ਵਾਇਆ ਜਿਹੜਾ ਇਹਨਾਂ ਦਾ ਜ਼ਿਆਦਾ ਹੋ ਗਿਆ ਐਦੀ ਜ਼ਮੀਨ ਦੇ ਅੰਦਰ ਗ੍ਰਿਪ ਜਿਹੜੀ ਉਹ ਜ਼ਿਆਦਾ ਹੋ ਗਈ ਸਲਿੱਪ ਜਿਹੜੀ ਹੈ ਉਹ ਘੱਟ ਕੱਢੇਗਾ ਇਹ ਟੈਕਟ ਇਨਕੇ ਪੈਂਥਾ ਦੇ ਟਾਇਰ ਜਿਹੜੇ ਆ 슬ਿੱਪ ਘੱਟ ਕੱਢੇਗਾ ਔਰ ਇਹਦੀ ਆਪਦੀ ਪੂਰੀ ਕਸਾਈ ਦੇ ਵਿੱਚ ਹੀ ਘਸਣਗੇ ਟਾਇਰ ਬਿਲਾ ਵਜਾ ਕਿਥੋਂ ਇਹ ਫਟਣਗੇ ਨਹੀਂ ਟਾਇਰ ਇਹ ਠੀਕ ਹੈ ਜੀ ਔਰ ਦੂਸਰੀ ਮਜ਼ੇਦ ਦੀ ਗੱਲ ਇਹ ਹੈ ਕਿ ਇਹ ਟਾਇਰ ਤੁਹਾਨੂੰ ਮਿਲ ਰਹੇ ਹੈਗੇ ਆ 14 ਪਲਾਈ ਦੇ ਅੰਦਰ ਜਦਕਿ ਤੁਹਾਨੂੰ ਜਨਰਲ ਦੇ ਟਾਇਰ ਜਿਹੜੇ ਉਹ ਮਿਲਦੇ 8 ਪਲਾਈ ਦੇ ਅੰਦਰ ਠੀਕ ਹੈ ਜੀ ਔਰ ਇਹਨਾਂ ਦਾ ਆ ਵਾਇਆ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਇੱਕ ਗੱਡੀ ਘੱਟ ਹੋਣ ਦੀ ਵਜ੍ਹਾ ਤੋਂ ਜ਼ਮੀਨ ਦੇ ਵਿੱਚ ਇਹਦੀ ਪਕੜ ਜ਼ਿਆਦਾ ਵਾ ਇਹਦੀ ਜ਼ਮੀਨ ਦੇ ਵਿੱਚ ਪਕੜ ਜਿਹੜੀ ਹੈ ਉਹ ਜ਼ਿਆਦਾ ਵਾ ਬਜਾਏ ਕਿ ਅਗਰ ਆਪਾਂ ਦੇਖੀਏ ਕਿ ਜਨਰਲ ਦੇ ਟਾਇਰ ਜਿਹੜੇ ਹੈਗੇ ਇਹਨਾਂ ਦੀ ਗੁੱਡੀਆਂ ਦਾ ਇਹ ਵਾਇਆ ਜਿਹੜਾ ਵੇ ਘੱਟ ਵਾ ਕਿਉਂਕਿ ਇਹਦੀ ਗੁੱਡੀ ਦਾ ਜਿਹੜੀ ਇੱਕ ਜ਼ਿਆਦਾ ਵਾਇਰੇ ਅੰਦਰ ਸਾਈਜ਼ ਸੇਮ ਹੀ 18 ਦੇ ਟਾਇਰ ਹੀ ਹੈ ਦੋਨੋਂ ਠੀਕ ਹੈ ਜੀ ਬਾਕੀ ਇਹ ਉਪਰੋਂ ਦੇਖ ਸਕਦੇ ਹੋ ਤੁਸੀਂ ਟੋਟਲ ਤੌਰ ਤੇ ਬਿਲਕੁਲ ਇਹਨਾਂ ਦੇ ਵਿੱਚ ਮਿਆਰ ਇਹਨਾਂ ਦਾ ਹੈ ਹੀ ਨਹੀਂ ਜਨਰਲ ਦੇ ਟਾਇਰਾਂ ਦਾ ਕੁਆਲਿਟੀ ਇਹਨਾਂ ਦੀ ਹੈ ਹੀ ਕੋਈ ਨਹੀਂ ਬਿਲਕੁਲ ਲਹਾਜ਼ਾ ਜ਼ਿੰਮੇਵਾਰ ਭਰਾ ਜਿੰਨੇ ਵੀ ਹੈ ਉਹ ਇਸ ਚੀਜ਼ ਦਾ ਖਿਆਲ ਰੱਖਿਆ ਕਰਨ ਕਿ ਪੈਂਥਰ ਦੇ ਟਾਇਰ ਜਿਹੜੇ ਉਹ ਅੱਛੇ ਆ ਰਹੇ ਆ ਠੀਕ ਹੈ ਜੀ ਬਜਾਏ ਕਿ ਨਿਸਬਤ ਜਨਰਲ ਦੇ ਟਾਇਰਾਂ ਨਾਲ ਉਹ ਸਾਡੇ ਦੋਸਤ ਜਿਹੜੇ ਹੈ ਤੇ ਉਹ ਜਨਰਲ ਜਨਰਲ ਦੇ ਟਾਇਰ ਕਰਦੇ ਰਹਿੰਦੇ ਆ ਪੈਂਥਰ ਦੇ ਟਾਇਰਾਂ ਨੂੰ ਚੈੱਕ ਵੀ ਨਹੀਂ ਕਰਦੇ ਕਿ ਇਹ ਕਿੰਨੀ ਪਲਾਈ ਦੇ ਹੈਗੇ ਆ ਔਰ ਇਹ ਤੁਹਾਨੂੰ ਕਿੰਨੀ ਪਕੜ ਦੇ ਰਹੀ ਆ ਜਿਸ ਤਰ੍ਹਾਂ ਤੁਸੀਂ ਦੇਖੋ ਰੇਤលਿਆਂ ਇਲਾਕਿਆਂ ਦੇ ਵਿੱਚ ਤੁਹਾਨੂੰ ਇਹ ਜਿਹੜੇ ਟਾਇਰ ਹੈਗੇ ਆ ਇਹ ਜ਼ਿਆਦਾ ਫਾਇਦਾਮੰਦ ਦਿੰਦੇ ਹੋਣਗੇ ਕਿਉਂਕਿ ਇਹਨਾਂ ਦੀ ਗ੍ਰਿਪ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਜਿਹੜੀ ਹੈ ਗ੍ਰਿਪ ਇਹਨਾਂ ਦੀ ਅੰਦਰਲੀ ਸਾਈਡ ਦੀ ਆ ਵਾਇਆ ਜਿਹੜਾ ਇਹ ਜ਼ਿਆਦਾ ਵਾ ਇੱਥੇ ਤੁਹਾਨੂੰ ਟੈਸਟ ਨੂੰ ਤੁਹਾਡ ਨੂੰ ਇੱਕ ਗ੍ਰਿਪ ਮਿਲ ਜਾਂਦੀ ਆ ਔਰ ਇਹਨਾਂ ਦੇ ਵਿੱਚ ਤੁਹਾਨੂੰ ਇੱਕ ਗ੍ਰਿ ਔਰ ਦੂਸਰੇ ਨੰਬਰ ਦੇ ਉੱਤੇ ਇਹ ਟਾਇਰ ਥੋੜੀ ਦੇਰ ਚੱਲਣ ਤੋਂ ਬਾਅਦ ਦੇ ਵਿੱਚ ਇਹ ਵੈਸੇ ਹੀ ਫਾਰਕ ਹੋ ਜਾਂਦੇ ਆ ਜਨਰਲ ਦੇ ਟਾਇਰ ਇਹ ਸਾਰੇ ਦੋਸਤ ਇਸਤੇਮਾਲ ਕਰ ਰਹੇ ਆ ਤੇ ਦੋਸਤਾਂ ਨੂੰ ਇਸ ਚੀਜ਼ ਦਾ ਪਤਾ ਹੋਵੇਗਾ ਬਿਲਕੁਲ ਜੀ ਤੇ ਲਖਦਾ ਮੈਂ ਤੇ ਇਹੀ ਦੋਸਤਾਂ ਨੂੰ ਕਹਾਂਗਾ ਕਿ ਪੈਂਥਰ ਦੇ ਟਾਇਰ ਇਸਤੇਮਾਲ ਕਰੋ ਠੀਕ ਹੈ ਜੀ ਔਰ ਜਨਰਲ ਜਿਹੜਾ ਹੈ ਇਹਨਾਂ ਨੂੰ ਵੀ ਜ਼ਿਆਦਾ ਦਿਮਾਗ ਇਹਨਾਂ ਦਾ ਟਖਾਣੇ ਆਵੇ ਜ਼ਿਆਦਾ ਕਿ ਜਨਰਲ ਦੇ ਟਾਇਰ ਜਿਹੜੇ ਹੈ ਇਹ ਕਿੰਨੀ ਘਟੀਆ ਕਿਸਮ ਦਾ ਇਹ ਮਟੀਰੀਅਲ ਆ ਰਿਹਾ ਵੈਸੇ ਹੀ ਟਾਇਰ ਖੁਸ਼ ਖੁਸ਼ ਕੀ ਟਾਇਰ ਜਗਾ ਜਗਾ ਤੋਂ ਖਰਾਬ ਹੋ ਰਹੇ ਆ ਔਰ ਪੈਂਥਰ ਦੇ ਟਾਇਰਾਂ ਨੂੰ ਵੀ ਦੇਖ ਸਕਦੇ ਆ ਇਹ ਵਾਲਾ ਟਾਇਰ ਤੇ ਵੀ 19 ਮਾਡਲ ਹੈ ਇਹ ਦਬੰਗ ਵੀ 19 ਮਾਡਲ ਖੜਾ ਜੀ ਆਪਣੇ ਕੋਲ ਔਰ ਇਸੇ ਤਰ੍ਹਾਂ ਇਧਰਲੀ ਸਾਈਡ ਤੇ ਵੀ 19 ਮਾਡਲ ਖੜਾ ਆਪਣੇ ਕੋਲ ਔਰ ਜੀ ਇਸੇ ਤਰ੍ਹਾਂ ਅਗਰ ਤੁਸੀਂ ਕਿਸੇ ਵੀ ਦੋਸਤ ਦੇ ਕੋਲ ਦੋਨੋਂ ਟਾਇਰ ਨਵੇਂ 0 ਮੀਟਰ ਮਿਲ ਜਾਣ ਉਹਨੂੰ 85 ਠੀਕ ਹੈ ਜੀ ਜਾਂ ਨਿਊ ਹਾਲੈਂਡ ਤੇ ਦਬੰਗ ਹੋਣ ਦੋਨੋਂ ਨਵੇਂ 0 ਮੀਟਰ ਠੀਕ ਹੈ ਜੀ ਇੱਕ ਨੂੰ ਜਨਰਲ ਦੇ ਟਾਇਰ ਹੋਣ ਔਰ ਦੂਸਰੇ ਨੂੰ ਪੈਂਥਰ ਦੇ ਟਾਇਰ ਹੋਣ ਠੀਕ ਹੈ ਜੀ ਦੋਨਾਂ ਨੂੰ ਤੁਸੀਂ ਆਪਣੇ ਜ਼ਿੰਮੇਵਾਰ ਦੇ ਵਿੱਚ ਚਲਾਓ ਠੀਕ ਹੈ ਜੀ ਇੱਕ ਏਕੜ ਦੇ ਉੱਤੇ ਜਾਂ 5 ਏਕੜ ਦੇ ਉੱਤੇ ਤੁਸੀਂ ਡੀਜ਼ਲ ਦੀ ਐਵਰੇਜ ਕੱਢ ਲਓ ਤੁਸੀਂ ਠੀਕ ਹੈ ਜੀ ਪੈਂਥਰ ਦੇ ਟਾਇਰ ਦੀ ਜਿਹੜੀ ਡੀਜ਼ਲ ਦੀ ਐਵਰੇਜ ਹੋਏਗੀ ਉਹ ਅੱਛੀ ਹੋਏਗੀ ਜਨਰਲ ਦੇ ਟਾਇਰ ਜਿਹੜਾ ਹੋਏਗਾ ਉਹਦੀ ਜਿਹੜੀ ਹੋਏਗੀ ਆਪਣੀ ਡੀਜ਼ਲ ਦੀ ਖਪਤ ਜਿਹੜੀ ਉਹ ਜ਼ਿਆਦਾ ਹੋਏਗੀ ਇਸ ਚੀਜ਼ ਨੂੰ ਵੀ ਦੋਸਤ ਜਿਹੜੇ ਆ ਆਪ ਨੂੰ ਮੱਦੇਨਜ਼ਰ ਰੱਖਣ ਔਰ ਕੋਈ ਵੀ ਦੋਸਤ ਜਿਹੜਾ ਹੈ ਇਸ ਚੀਜ਼ ਉੱਤੇ ਤਜਰਬਾ ਕਰਕੇ ਚੈੱਕ ਕਰ ਲੈ ਕਿ ਪੈਂਥਰ ਦੇ ਟਾਇਰਾਂ ਦੇ ਵਿੱਚ ਜਿਹੜਾ ਤੁਹਾਡਾ ਡੀਜ਼ਲ ਦੀ ਬਚਤ ਹੋਏਗੀ ਔਰ ਜਨਰਲ ਦੇ ਟਾਇਰ ਦੇ ਵਿੱਚ ਤੁਹਾਡੀ ਡੀਜ਼ਲ ਦੀ ਕੋਈ ਬਚਤ ਨਹੀਂ ਹੋ ਰਹੀ ਇਹਦੇ ਉੱਤੇ ਤਜਰਬਾ ਦੋਸਤ ਕਰਕੇ ਚੈੱਕ ਕਰ ਲੈਣ